अस्सलाम वालेकुम जी, एबीसीडी के नए एपिसोड में खुश आमदीद सबको। मेरे साथ हैं मिस्टर पन्नू जी और ये हमारे अच्छे प्यारे दोस्त हैं जो कि इटली से मूव होकर कनाडा में आए हैं और यहाँ पे फ्रेमिंग वगैरह का काम करते हैं। इनका काम वगैरह भी आपको दिखाते हैं और इनसे साथ में बातचीत करते हैं। और हमारे साथ इसके अलावा अंकुश भाई हैं और अरमान भाई हैं हमारे पास। हेलो भाई, बोल दो जी। हेलो कैसा जी? कैसा जी काम शाम? बढ़िया बढ़िया, काम का ठीक ठाक है। क्या डिफरेंस आपने पाया इटली के मुकाबले में यहाँ पे जब आप मूव हुए, तो क्या डिफरेंस है? काम वगैरह में आसानी है, मुश्किलात है? नहीं, क्या हर्डल्स फेस करनी पड़ी आपको? बस कुछ नहीं, बढ़िया हुआ काम कार इतने सोने हैं, मतलब ठीक ठाक है ना, बढ़िया गुड है। अपॉर्चुनिटी ज्यादा ज्यादा है, इतने घर बनी जाते हैं, मतलब की वीक दिन लग जाते, वी बाई दिन ला के चलो, छे जने असि होंने, कई बार सत जने होंने, वी बाई दिन फ्रेम फ्रेम डन कर दी दा, बाकी जो काम बाकी बाद चली जाता। ਜ਼ਬਰਦਸਤ ਜ਼ਬਰਦਸਤ। 20 ਦਿਨਾਂ ਵਿੱਚ ਤੁਹਾਡਾ ਕੰਮ ਮੁੱਕ ਜਾਂਦਾ ਤਾਂ ਤੁਹਾਡਾ ਇਹ ਜਿਵੇਂ ਕਿ ਉੱਥੇ ਤੁਸੀਂ ਕੰਮ ਕਰ ਰਹੇ ਸੀ, ਇੱਥੇ ਆ ਕੇ ਤੁਸੀਂ, ਤੁਹਾਨੂੰ ਕਿੰਨਾ ਟਾਈਮ ਹੋ ਗਿਆ ਆਪਣਾ ਕੰਮ ਕਰਦੇ ਹੋ ਕਿ ਤੁਸੀਂ ਐਜ਼ ਅ ਵਰਕਰ ਹੋ? ਨਹੀਂ ਨਹੀਂ, ਆਪਦੇ ਕੰਮ ਕਰਦੇ ਸੀ। ਆਪਦੇ ਕੰਮ ਕਰਦੇ? ਹਾਂਜੀ ਹਾਂਜੀ। ਆਪਦਾ ਕੰਮ ਯਾਨੀ ਕਿ ਕਰਨੇ ਵਿੱਚ ਤੁਹਾਨੂੰ ਕਿੰਨਾ ਟਾਈਮ ਲੱਗਾ, ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੈਨੇਡਾ ਦੇ ਵਿੱਚ? 2.5 ਸਾਲ ਹੋ ਗਏ ਹਨ ਕੰਮ ਕਰਦੇ ਨੂੰ। 2-2.5 ਸਾਲ ਦੇ ਵਿੱਚ ਤੁਸੀਂ ਆਪਣੀ ਕੰਪਨੀ ਵਗੈਰਾ ਬਣਾ ਕੇ ਤੁਸੀਂ ਆਪਣੇ ਸਟੇਬਲ ਹੋ ਗਏ ਹੋ ਕਿ ਤੁਸੀਂ ਆਪਣਾ ਕੰਮ ਸ਼ਾਮ ਕਰ ਸਕਦੇ ਹੋ? ਹਾਂਜੀ ਹਾਂਜੀ। ਤੇ ਡਾਕੂਮੈਂਟ ਵਗੈਰਾ ਦੇ ਚੱਕਰ ਚੱਲੀ ਜਾਂਦੇ ਨੇ? ਕੋਈ ਟੈਨਸ਼ਨ ਨਹੀਂ? ਨਹੀਂ ਨਹੀਂ, ਕੋਈ ਟੈਨਸ਼ਨ ਨਹੀਂ, ਵਰਕ ਪਰਮਿਟ ਸਾਰਾ ਕੁਝ ਡਨ ਹੈ। ਵਰਕ ਪਰਮਿਟ ਵਗੈਰਾ ਹੋ ਜਾਂਦੇ ਨੇ ਜਿਹੜੇ ਜੀ ਨਵੇਂ ਆਉਂਦੇ ਨੇ ਉਹਨਾਂ ਦੇ ਲਈ ਵੀ? ਹਾਂ ਹਾਂ, ਹੁਣ ਤਾਂ ਹੋ ਜਾਂਦੇ, ਪਰ ਥੋੜਾ ਚਿਰ ਹੋਇਆ ਕਹਿੰਦੇ ਬੰਦ ਕੀਤੇ ਵੈਸਟਰਨ ਦੀ, ਪਹਿਲਾਂ ਸਾਰਾ ਕੁਝ ਹੋ ਜਾਂਦਾ, ਕੋਈ ਚੱਕਰ ਵਾਲੀ ਗੱਲ ਨਹੀਂ। ਹੁਣ ਸਾਰਾ ਘੱਟ ਹੋ ਗਿਆ, ਮੁਸ਼ਕਲ ਹੋ ਗਿਆ, ਹੁਣ ਥੋੜਾ ਔਖਾ ਹੋਇਆ ਮਤਲਬ ਹੁੰਦਾ ਹੈ ਪਿਆ, ਮੁਸ਼ਕਲ ਹੋ ਗਿਆ ਥੋੜਾ ਨਾ, ਪਰ ਹੁਣ ਹੁੰਦਾ ਪਿਆ, ਪਰ ਬਾਹਲਾ ਬੰਦ ਕਰੀ ਜਾਂਦੇ, ਜਿੱਦਾਂ ਇੰਡੀਆ ਤੋਂ ਵੈਸਟਰਨ ਵੀਜ਼ੇ ਬੰਦ ਕਰਤੇ, ਹੋਰ ਕੰਟਰੀ ਤੋਂ ਵੈਸਟਰਨ ਵੀਜ਼ੇ ਸਾਰੇ ਬੰਦ ਕੀਤੇ ਹੋਏ ਇਹਨਾਂ ਨੇ, ਤੇ ਉਹਦਾ ਕਰਕੇ। ਤੇ ਅਰਨਿੰਗ ਦਾ ਕੀ ਡਿਫਰੈਂਸ ਹੈ, ਜਿਵੇਂ ਕਿ ਤੁਸੀਂ ਇਟਲੀ ਮੰਨ ਲਓ 1500 ਯੂਰੋ ਕਮਾਉਂਦੇ ਸੀ, ਤੇ ਇੱਥੇ ਆ ਕੇ ਤੁਹਾਡਾ ਕੀ ਡਿਫਰੈਂਸ? ਇੱਥੇ ਇਦਾਂ ਵੀ ਕੰਮ ਬੰਦਾ ਮਿਹਨਤ ਕਰੇ, ਤਗੜਾ ਹੋ ਕੇ ਕਿੱਦਾਂ ਕੰਮ ਭਾਰਾ ਵਾ, ਤੇ ਜੇ ਬੰਦਾ ਵਧੀਆ ਮਿਹਨਤ ਕਰਨ ਵਾਲਾ ਵਾ ਤੇ ਵਧੀਆ ਪੈਸੇ ਕਮਾਉਂਦਾ ਵਾ, ਜੇ ਮਹੀਨੇ ਦੇ ਵਧੀਆ ਆਪਣੀ ਕੰਪਨੀ ਜਾਂ ਕੁਛ ਵੀ ਆ, ਸਬ ਕਨੈਕਟ ਤੇ ਬੰਦਾ ਕੰਮ ਕਰਦਾ, ਵਧੀਆ ਪੈਸੇ ਬਣਾ ਲੈਂਦਾ, ਸਬ ਕਨੈਕਟ ਦੇ ਵਿੱਚ ਹੋ ਜਾਂਦੇ ਸਾਰਾ ਕੁਝ, ਵਧੀਆ ਮਤਲਬ ਕੰਮ ਬਣ ਜਾਂਦਾ। ਏਡਾ ਨੀ ਕੋਈ ਬੰਦਾ ਇੱਥੇ, ਕੋਈ ਵੀ ਟ੍ਰੇਡ ਹੈ ਕੋਈ ਸਿੱਖ ਜਾਂਦਾ, 2-4 ਸਾਲਾਂ 'ਚ ਸਿੱਖ ਜਾਂਦਾ, ਕੋਈ 5 'ਚ ਸਿੱਖ ਕੇ ਵਧੀਆ ਬਣ ਜਾਂਦਾ ਆਪਦਾ ਟ੍ਰੇਨਮੈਂਟ। ਆਪਣਾ ਸੈਟਅਪ ਤੁਸੀਂ ਕਿੰਨਾ ਟਾਈਮ ਹੋ ਗਿਆ ਬਣਾਇਆ? 2-2.5 ਸਾਲਾਂ ਦੇ? 2-2.5 ਸਾਲਾਂ 'ਚ ਹੁਣ ਸਾਰੇ ਬੰਦੇ ਜਾਣਦੇ ਜੀ, ਵਰਕਰ ਜਿੱਦਾਂ ਲੱਭਦੇ ਗਏ, ਜਾਂ ਗਾਂ ਬੰਦੇ ਕਾਰੀਗਰ ਲੱਭਦੇ ਗਏ, ਗਾਂ ਦੀਆਂ ਕੰਮ ਵੱਧਦਾ ਗਿਆ, ਤੇ ਇੱਦਾਂ ਸਾਰਾ। ਕਿੰਨਾ ਟਾਈਮ ਲੱਗ ਗਿਆ ਤੁਹਾਨੂੰ ਆਪਣਾ ਕੰਮ ਬਣਾਉਣ ਦੇ ਵਿੱਚ? ਜਿਵੇਂ ਕਿ 2-2.5 ਸਾਲ ਤਾਂ ਲੱਗ ਹੀ ਜਾਂਦੇ, 2-2.5 ਸਾਲ ਲੱਗ ਜਾਂਦੇ ਜੇ ਬੰਦਾ ਪੂਰੀ ਮਿਹਨਤ ਕਰੇ, ਪੂਰਾ ਸਿੱਖਣ ਤੇ ਜ਼ੋਰ ਦੇਵੇ, ਪੂਰਾ ਸਿੱਖਣ ਤੇ ਜ਼ੋਰ ਦੇਵੇ। ਹਾਂ ਵਧੀਆ। ਆਪਣਾ ਤੁਸੀਂ ਕੰਮ ਜਿਹੜਾ ਕਰਦੇ ਹੋ ਇੱਥੇ, ਇੱਥੇ ਅਰਨਿੰਗ ਵਗੈਰਾ ਮੰਥਲੀ ਹੁਣ ਤੁਹਾਡੀ, ਜਿਹੜੇ ਕਿ ਪਹਿਲੇ ਤੁਸੀਂ ਐਜ਼ ਅ ਵਰਕਰ ਕੰਮ ਕਰਦੇ ਸੀ, ਮੰਨ ਲਓ ਤੁਸੀਂ $25-25 ਘੰਟਾ ਲੈਂਦੇ ਸੀ, ਤੇ ਹੁਣ ਤੁਸੀਂ ਐਜ਼ ਅ ਆਪਣਾ ਕੰਮ ਜਿਵੇਂ ਸਟਾਰਟ ਕੀਤਾ, ਹੁਣ ਕਿੱਥੇ ਤੱਕ ਤੁਹਾਡੀ ਅਰਨਿੰਗ ਪਹੁੰਚ ਗਈ ਹੈ? ਕੋਈ ਲੱਖ-ਸਵਾ ਲੱਖ ਹੋ ਜਾਂਦਾ? $14 ਜਿੱਦਾਂ ਹੁਣ ਛੋਟੇ ਘਰਾਂ ਦੇ ਲੋਕ ਕਰਦੇ, ਉੱਥੇ ਮਤਲਬ 10 ਵੀ ਚੱਲਦਾ, 11 ਵੀ ਚੱਲਦਾ, 12 ਵੀ ਚੱਲਦਾ। ਇਹ ਤਾਂ ਤੁਸੀਂ ਕਹਿੰਦੇ ਤੁਸੀਂ 15-17 ਦਿਨਾਂ ਚ ਮੁਕਾ ਦੇਣਾ? ਹਾਂ, ਪਰ ਜੇ 17 ਦਿਨਾਂ ਚ ਮੁਕਾਉਣੇ, ਸਾਰਾ ਕਸਟਮ ਹੈ, ਜਿੱਦਾਂ ਕਿਹੜੇ ਬਾਕੀ ਛੋਟੇ ਘਰ ਹੁੰਦੇ ਉਹ ਕਸਟਮ ਨਹੀਂ ਹੁੰਦੇ, ਜਿੱਦਾਂ ਕੰਪਨੀਆਂ ਨੇ ਪਹਿਲੇ ਡਿਜ਼ਾਈਨ ਕੀਤੇ ਹੁੰਦੇ ਇੱਦਾਂ ਦਾ ਬਣਾਉਣਾ ਵਾ, ਉਹ ਬਸ 11 ਵੀ ਡਾਲਰ ਦੇਈ ਜਾਂਦੀ, ਕੋਈ 12 ਵੀ ਦੇਈ ਜਾਂਦੀ ਆ,
ਨਹੀਂ ਬਚ ਜਾਂਦਾ 20,000 ਡਾਲਰ ਬਚ ਜਾਂਦਾ ਬੰਦਾ ਕਹਿ ਸਕਦੇ ਕੰਸੀਡਰ ਕਰ ਬਸ ਇਦਾਂ ਵੀ ਗਾਂ ਦੀ ਗਾਂ ਕੰਮ ਗਾਂ ਫੜੀ ਜਾਂਦੇ ਗਾਂ ਆਈ ਜਾਂਦੇ ਗਾਂ ਦੀ ਗਾਂ ਜਿਹੜੀ ਜਾਬਾਂ ਮਿਲ ਜਾਂਦੀ ਅੱਗੇ ਹਾਂ ਜਾਬਾਂ ਵਾਧੂ ਆ ਜਾਬਾਂ ਦਾ ਨਹੀਂ ਕੋਈ ਬਾਹਰ ਕਿ ਯਾਰ ਗਰਮੀ ਚ ਬਹੁਤ ਕੰਮ ਆ ਗਰਮੀ ਬਹੁਤ ਕੰਮ ਬਹੁਤ ਕੰਮ ਆ ਜਾਬਾਂ ਮਿਲ ਜਾਂਦੀਆਂ ਔਰ ਕੰਮ ਚੱਲੀ ਜਾਂਦਾ ਕੰਮ ਦਾ ਤਾਂ ਕੋਈ ਰੌਲਾ ਨਹੀਂ ਵਰਕਰ ਵਗੈਰਾ ਵੀ ਮਿਲ ਜਾਂਦੇ ਵਾਧੂ ਵਰਕਰ ਬਹੁਤ ਅੱਗੇ ਦੇ 2 ਸਾਲ ਪਹਿਲਾਂ ਸੀਗੇ ਵੀ ਘੱਟ ਵੀ ਬੰਦੇ 2-3 ਸਾਲ ਪਹਿਲਾਂ ਹੁਣ ਤਾਂ ਵਾਧੂ ਹੁਣ ਤਾਂ ਬਹੁਤ ਬੰਦੇ ਹੋਏ ਵਿਹਲੇ ਬੈਠੇ ਕਈ ਤੱਕ ਕਿਵੇਂ ਇਟਲੀ ਤੇ ਕੈਨੇਡਾ ਚ ਕੀ ਕੰਪੇਅਰ ਕਰਦੇ ਹੋ ਵਧੀਆ ਵਾ ਸਾਰੇ ਉਹ ਵੀ ਵਧੀਆ ਇਹ ਵੀ ਵਧੀਆ ਉਹ ਵੀ ਵਧੀਆ ਹੁੰਦਾ ਉੱਥੇ ਰਹਿੰਦੇ ਨੇ ਇੱਥੇ ਕੀ ਆਏ ਉਹ ਵੀ ਵਧੀਆ ਇਹ ਵੀ ਵਧੀਆ ਸਾਰੇ ਵਧੀਆ ਹੀ ਆ ਸਾਰੇ ਵਧੀਆ ਸਾਰੇ ਵਧੀਆ ਆ ਸਾਰੇ ਸਾਹਮਣੇ ਕੀ ਤੁਸੀਂ ਐਡਵਾਈਸ ਦਿਓਗੇ ਜਿਹੜੇ ਨਵੇਂ ਆਉਣ ਵਾਲੇ ਆ ਸਾਡੇ ਜੀ ਜਿਹੜੇ ਇੱਥੇ ਆਉਣਗੇ ਉਹਨਾਂ ਨੂੰ ਕਿਵੇਂ ਕਿਹੜੇ ਉਹਨਾਂ ਨੂੰ ਕਰੀ ਇਦਾਂ ਔਖਾ ਲੱਗਦਾ ਜੀ ਜਿੱਦਾਂ ਉੱਥੇ ਤੁਸੀਂ 8 ਘੰਟੇ ਕੰਮ ਕਰਦੇ ਆ 8 ਵਜੇ ਆ ਗਏ ਆ ਸਵੇਰ ਸ਼ਾਮ ਨੂੰ 5 ਵਜੇ ਘਰੇ ਆ ਜੰਨੇ ਆ ਜਿੱਦਾਂ ਅਸੀਂ ਇੱਥੇ ਲੱਗਦੇ ਆ 7 ਵਜੇ ਆ ਜੰਨੇ ਆ ਸ਼ਾਮ ਨੂੰ 8 ਵਜੇ ਛੱਡਦੇ ਆ 13 ਘੰਟੇ ਹੋ ਜਾਂਦੇ ਘੰਟੇ ਖੜੇ ਰਹੋ ਇੱਥੇ ਦੱਸ ਮਿੰਟ ਤੁਸੀਂ ਖੜੇ ਦੇਖ ਲਿਓ ਅਗਲਾ ਤੂੰ ਮਿਲਣ ਵਾਲਾ ਆਇਆ ਚਲੋ ਤੁਸੀਂ ਘਰੇ ਜਾਓਗੇ ਇੱਥੇ ਮਹੱਤਵਪੂਰਨ ਸਨ ਬਾਏ ਬਾਏ ਕਰ ਦਿਓ ਜੀ ਥੈਂਕ ਯੂ